अस्सलाम वालेकुम। अजीम थोड़ा ना आज आ जाओ आ जाओ। ਇੱਥੇ ਤੁਹਾਡੇ ਕੋਲ ਬਹਿ ਜੀਏ ਬਹਿ ਜੀਓ ਤੁਹਾਡੇ ਕੋਲ ਬਹਿ ਨੇ ਹੈ ਜੀ ਜੀ ਕੀ ਹਾਲ ਹੈ ਠੀਕ ਠਾਕ ਹੋ ਠੀਕ ਕਿਤਨੀ ਉਮਰ ਤੁਹਾਡੀ ਅਠਾਰਾਂ ਸਾਲ ਥੋੜ੍ਹੇ ਜਿਹੇ ਉੱਚੀ ਆਵਾਜ਼ ਨਾਲ ਹੈ ਕਿੰਨੀ ਉਮਰ ਤੁਹਾਡੀ ਅਠਾਰਾਂ ਸਾਲ ਅਤੇ ਕਿੱਦਾਂ ਹੋਇਆ ਸਾਰਾ ਵਾਕਿਆ ਸਾਲ ਬਚਪਨ ਤੋਂ ਇੰਜੀ ਸੀ ਬਚਪਨ 'ਚ ਪੋਲੀਓ ਦੇ ਸ਼ਿਕਾਰ ਹੋਏ ਹਾਂਜੀ ਫਿਰ ਇਲਾਜ ਜ਼ਰੂਰੀ ਨਹੀਂ ਕਰਾਇਆ ਬਿਠਾਇਆ ਜੋ ਹੈ ਇਲਾਜ ਕਰਾਉਂਦੇ ਰਹੇ ਆ ਜੀ ਲੇਕਿਨ ਠੀਕ ਨਹੀਂ ਹੋਇਆ ਕੰਮ ਨਹੀਂ ਅੱਛਾ ਅਤੇ ਹੁਣ ਤੁਸੀਂ ਕੀ ਕੰਮ ਕਰਦੇ ਹੋ ਦਰਜ਼ੀਆਂ ਭਾਈ ਦਰਜ਼ੀਆਂ ਕੰਮ ਕਰਦੇ ਹੋ ਜੀ ਕਿਹੜੀ ਜਗ੍ਹਾ ਬਾਜ਼ਾਰ ਅੱਛਾ ਨਾਗਰ ਬਾਜ਼ਾਰ ਨਾਗਰ ਬਾਜ਼ਾਰ ਵਿੱਚ ਅਤੇ ਰੋਜ਼ ਕਿਵੇਂ ਜਾਂਦੇ ਹੋ ਤੁਸੀਂ ਹਾਂਜੀ ਪੈਦਲ ਜੀ ਹਾਂਜੀ ਪੈਦਲ ਹੀ ਜਾਂਦੇ ਅੱਛਾ ਨਾਨਾ ਟਾਪੀ ਅੱਛਾ ਅਤੇ ਇਹ ਕਿੱਦਾਂ ਚੱਲਦੇ ਹੋ ਤੁਸੀਂ ਅੱਛਾ ਅੱਛਾ ਅਗਰ ਤੁਹਾਨੂੰ ਟ੍ਰਾਈਸਾਈਕਲ ਮਿਲ ਜਾਂਦਾ ਫਿਰ ਤੁਹਾਨੂੰ ਆਸਾਨੀ ਹੋਏਗੀ ਹਾਂਜੀ ਹੈਂ ਚਲੋ ਖੁਦਾ ਨੇ ਅੱਲਾ ਪਾਕ ਨੇ ਤੁਹਾਡੇ ਵਾਸਤੇ ਟ੍ਰਾਈਸਾਈਕਲ ਭੇਜਿਆ ਵਾ ਠੀਕ ਹੈ ਅਤੇ ਜ਼ਿੰਦਗੀ 'ਚ ਆਸਾਨੀ ਹੋਏਗੀ ਚੱਲਣ ਫਿਰਨ 'ਚ ਬਾਹਰ ਅੰਦਰ ਨਿਕਲਣ 'ਚ ਤੁਹਾਡੀ ਜ਼ਿੰਦਗੀ 'ਚ ਆਸਾਨੀ ਹੋ ਜਾਏਗੀ ਠੀਕ ਹੈ ਅਤੇ ਜਿਨ੍ਹਾਂ ਨੇ ਇਹ ਭੇਜੀ ਆ ਜੀ ਜੀ ਉਹਨਾਂ ਵਾਸਤੇ ਜ਼ਰੂਰ ਦੁਆ ਕਰਿਓ ਅੱਲਾ ਪਾਕ ਬਹੁਤਾ ਪੋਤਾ ਠੀਕ ਹੈ ਉਹਨਾਂ 'ਤੇ ਦੁਆ ਕਰਿਓ ਅਤੇ ਇਸ ਮੌਕੇ 'ਤੇ ਮੈਂ ਇੱਕ ਗੱਲ ਕਰਨਾ ਚਾਹੁੰਦਾ ਵਾਂ ਉਹਨਾਂ ਲੋਕਾਂ ਨਾਲ ਜਿਹੜੇ ਇਰਦ ਗਿਰਦ ਰਹਿੰਦੇ ਨੇ ਕਿ ਲੋਕਾਂ ਕੋਲ ਲੱਖਾਂ ਰੁਪਇਆ ਵਾ ਕਰੋੜਾਂ ਰੁਪਇਆ ਵਾ ਅਗਰ ਅਸੀਂ ਆਪਣੀ ਗਲੀ ਦੇ ਵਿੱਚ ਇੱਕ ਇੱਕ ਬੰਦੇ ਨੂੰ ਸੰਭਾਲਣਾ ਸ਼ੁਰੂ ਕਰ ਦਈਏ ਫਰਜ਼ ਕਰੋ ਕੋਈ ਮਾਜ਼ੂਰ ਆ ਕੋਈ ਬੇਬਸ ਆ ਕੋਈ ਲਾਚਾਰ ਆ ਕੋਈ ਯਤੀਮ ਆ ਕੋਈ ਬੇਵਾ ਵਾ ਅਗਰ ਅਸੀਂ ਉਹਦੇ ਘਰ ਜਾ ਕੇ ਸਿਰ 'ਤੇ ਹੱਥ ਰੱਖੀਏ ਕਿ ਭੈਣ ਜੀ ਅੱਜ ਤੋਂ ਬਾਅਦ ਤੁਸੀਂ ਪਰੇਸ਼ਾਨ ਨਹੀਂ ਹੋਣਾ ਮੇਰਾ ਪੁੱਤਰ ਤੁਸੀਂ ਅੱਜ ਤੋਂ ਬਾਅਦ ਪਰੇਸ਼ਾਨ ਨਹੀਂ ਹੋਣਾ ਔਰ ਆਪਣੀ ਆਪਣੀ ਗਲੀ ਦੇ ਵਿੱਚ ਇਹ ਕੋਈ ਜ਼ਿਆਦਾ ਪੈਸੇ ਨਹੀਂ ਸਮਝ ਨਾ ਇਹ ਕਿਸੇ ਜ਼ਿੰਦਗੀ 'ਚ ਆਸਾਨੀ ਪੈਦਾ ਕਰੇਗੇ ਉਹ ਹੁਨਰਮੰਦ ਬਣੇਗਾ ਉਹ ਆਪਣੇ ਆਪਣੇ ਉਹਦਾ ਰੁਜ਼ਗਾਰ ਆਪ ਪੈਦਾ ਹੋ ਕਰੇਗਾ ਉਹਦੇ ਅੰਦਰ ਅਜ਼ਮ ਪੈਦਾ ਹੋਏਗਾ ਹੌਸਲਾ ਪੈਦਾ ਹੋਏਗਾ ਅਤੇ ਮੈਂ ਉਹਨਾਂ ਲੋਕਾਂ ਕੋਲ ਅਪੀਲ ਕਰਦਾ ਵਾਂ ਜਿਹੜੇ ਇਰਦ ਗਿਰਦ ਰਹਿੰਦੇ ਨੇ ਕਿ ਪਾਕਿਸਤਾਨ ਦੇ ਵਿੱਚ ਆਪਣੇ ਆਪਣੇ ਸ਼ਹਿਰਾਂ 'ਚ ਬਾਹਰ ਨਿਕਲਣ ਦੇਖਣ ਕਿ ਕਿਹੜਾ ਆਦਮੀ ਗਰੀਬ ਆ ਕਮਜ਼ੋਰ ਆ ਅਗਰ ਉਹਦੇ ਵਾਸਤੇ ਅਸੀਂ ਕੁਛ ਆਸਾਨੀ ਪੈਦਾ ਕਰੀਏ ਤਾਂ ਖੁਦਾ ਰਿਟਰਨ ਬਹੁਤ ਜਲਦੀ ਦਿੰਦਾ ਬਹੁਤ ਜਲਦੀ ਤੁਸੀਂ ਇੱਕ ਦਫ਼ਾ ਕਰਕੇ ਵੇਖੋ ਆਪਣੀ ਬੰਦ ਮੁੱਠੀ ਖੋਲ੍ਹ ਕੇ ਵੇਖੋ ਔਰ ਮੈਂ ਤੁਹਾਨੂੰ ਇਹ ਚੈਲੰਜ ਦਿੰਦਾ ਵਾਂ ਗੰਢੀ ਦਿੰਦਾ ਵਾਂ ਕਿ ਤੁਸੀਂ ਕਰਕੇ ਵੇਖੋ ਤੁਹਾਨੂੰ ਖੁਦਾ ਬਹੁਤ ਜਲਦ ਰਿਟਰਨ ਦੇਵੇਗਾ ਤੁਹਾਡੇ ਰਿਜ਼ਲਟ 'ਚ ਇਜ਼ਾਫਾ ਹੋਏਗਾ ਅਤੇ ਤੁਸੀਂ ਬਿਠਾਉਣਾ ਜੀ ਲਓ ਜੀ ਇਹਦੇ ਵਾਸਤੇ ਸੌਰਾਬ ਕੰਪਨੀ ਦਾ ਇੱਕ ਬਿਹਤਰੀਨ ਟ੍ਰਾਈਸਾਈਕਲ ਲਿਆਂਦਾ ਗਿਆ ਵਾ ਹਾਂਜੀ ਅਤੇ ਜੀ ਆਪ ਬਹਿ ਜਾਓਗੇ ਹਾਂਜੀ ਸਾਰੇ ਬਿਠਾਓ ਇਹਨਾਂ ਨੂੰ ਇਹ ਚਲਾ ਲਓਗੇ ਜੀ ਰੋਜ਼ ਕਿਰਾਏ ਦਾ ਰਕਸ਼ਾ ਭਰਨ ਨਾਲੋਂ ਆਪਣੀ ਮਿਹਨਤ ਜਾਓਗੇ ਹੱਥਾਂ ਦੀ ਪ੍ਰੈਕਟਿਸ ਹੋਏਗੀ ਠੀਕ ਹੈ ਹੈਂ ਹੁਣ ਤੁਸੀਂ ਖੁਸ਼ ਹੋ ਕੀ ਕਹਿਣਾ ਚਾਹੁੰਦੇ ਹੋ ਬਹੁਤ ਬਹੁਤ ਸ਼ੁਕਰੀਆ ਹਾਂਜੀ ਮੇਰਾ ਨਹੀਂ ਉਸ ਬੰਦਿਆਂ ਦਾ ਜਿਹਨੇ ਤੁਹਾਡੇ ਅਸੀਂ ਭੇਜੀ ਹੈ ਠੀਕ ਹੈ ਉਹਨਾਂ ਨੂੰ ਦੁਆ ਕਰਨੀ ਆ ਠੀਕ ਹੈ ਉਹਨਾਂ ਦੇ ਬੱਚਿਆਂ 'ਚ ਦੁਆ ਕਰਨੀ ਆ ਚਲਾ ਕੇ ਦਿਓ ਤਰਾ ਵੈਰੀ ਗੁੱਡ ਵੈਰੀ ਗੁੱਡ ਤਾੜੀਆਂ ਜੀ ਤਾੜੀਆਂ